ਇਹ ਜਿਹੜਾ ਤੁਸੀਂ ਦੇਖ ਰਹੇ ਹੋ ਇੱਕ ਸਕੂਲ ਦਾ ਨਾਂ ਮਨਮੀਤ ਸਿੰਘ ਭੁੱਲਰ ਸਕੂਲ ਕੈਲਗਰੀ ਬੋਰਡ ਆਫ ਐਜੂਕੇਸ਼ਨ। ਇਹ ਮਨਮੀਤ ਸਿੰਘ ਭੁੱਲਰ ਆ ਜਿਹੜਾ ਇੱਕ ਉਹਦੇ ਨਾਂ ਦੇ ਉੱਤੇ ਇਹ ਸਕੂਲ ਦਾ ਨਾਂ ਰੱਖਿਆ ਗਿਆ ਅਤੇ ਇਹ ਪੂਰਾ ਪੰਜਾਬੀ ਏਰੀਆ ਇੱਥੇ। ਅਤੇ ਇਹ ਕੌਣ ਸੀਗਾ ਪਹਿਲਾਂ ਤਾਂ ਸਭ ਤੋਂ ਮਨਮੀਤ ਸਿੰਘ ਭੁੱਲਰ ਇਹ ਤੁਸੀਂ ਗੂਗਲ 'ਤੇ ਜਾ ਕੇ ਵੀ ਸਰਚ ਕਰ ਸਕਦੇ ਹੋ, ਪਰ ਜਿੰਨੀ ਕੁ ਆਪਾਂ ਨੂੰ ਜਾਣਕਾਰੀ ਆਪਾਂ ਤੁਹਾਨੂੰ ਦੱਸ ਦਿੰਦੇ ਹਾਂ। ਇਹ ਇੱਥੋਂ ਦਾ ਇੱਕ MLA ਸੀਗਾ ਕੈਲਗਰੀ ਦਾ, ਅਤੇ ਇਹ ਉਹ ਬੰਦਾ ਸੀ ਜਿਹੜਾ ਇੱਥੇ ਬਹੁਤ ਹਰਮਨ ਪਿਆਰਾ ਸੀਗਾ ਲੋਕਾਂ ਦੇ ਵਿੱਚ। ਅਤੇ ਇੱਕ ਵਾਰੀ ਕੀ ਹੋਇਆ ਸੀਗਾ 2015 ਦੇ ਨੇੜ ਤੇੜ ਜਿੰਨਾ ਕੁ ਮੈਨੂੰ ਪਤਾ ਲੱਗਿਆ, ਇੱਧਰ ਐਡਮਿੰਟਨ ਵਾਲੀ ਸਾਈਡ ਦੇ ਉੱਤੇ ਇੱਕ ਐਕਸੀਡੈਂਟ ਹੋਇਆ ਸੀ, ਅਤੇ ਉੱਥੇ ਉਨ ਐਕਸੀਡੈਂਟ ਦੇ ਵਿੱਚ ਇਹ ਉਹਨਾਂ ਦੀ ਹੈਲਪ ਕਰਨ ਗਿਆ ਬੰਦਿਆਂ ਦੀ ਜਿਹੜੇ ਗੱਡੀ 'ਚ ਸੀਗੇ, ਤਾਂ ਮਗਰੋਂ ਕਿਸੇ ਨੇ ਟਰੱਕ ਚੜ੍ਹਾ ਤਾ। ਟਰੱਕ ਚੜ੍ਹਨ ਦਾ ਕਾਰਨ ਇਹ ਸੀ ਵੀ ਸਨੋਅ ਪਈ ਹੋਈ ਸੀ ਅਤੇ ਬ੍ਰੇਕ ਨਹੀਂ ਲੱਗੇ, ਅਤੇ ਉਹਦੇ ਵਿੱਚ ਇਸ ਮਨਮੀਤ ਸਿੰਘ ਦੀ ਜਿਹੜਾ ਭੁੱਲਰ ਸੀਗਾ MLA ਇਹਦੀ ਡੈਥ ਹੋ ਜਾਂਦੀ ਹੈ। ਅਤੇ ਬਹੁਤ ਛੋਟੀ ਉਮਰ ਦਾ ਮੁੰਡਾ ਸੀ, ਮੇਰੇ ਹਿਸਾਬ ਨਾਲ 33-32 ਸਾਲਾਂ ਦਾ ਮੁੰਡਾ ਸੀ ਇਹ, ਅਤੇ ਇੱਧਰਲੇ ਬੋਰਨ ਸੀ ਕੈਨੇਡੀਅਨ। ਅਤੇ ਇਹਨੇ ਜਿਹੜੇ ਆਪਣੇ ਅਫਗਾਨਿਸਤਾਨ ਵਾਲੇ ਸਿੱਖ ਸੀਗੇ ਉਹਨਾਂ ਵਾਸਤੇ ਬਹੁਤ ਕੁਛ ਜਿਵੇਂ ਵਧੀਆ ਯਤਨ ਕੀਤੇ ਸੀ ਉਹਨਾਂ ਨੂੰ ਇੱਧਰ ਲਿਆਉਣ ਲਈ, ਅਤੇ ਉਹਦੀ ਹਰਮਨ ਪਿਆਰਤਾ ਨੂੰ ਦੇਖਦੇ ਹੋਏ ਤਾਂ ਇਹਦਾ ਨਾਂ ਸਕੂਲ ਦਾ ਉਸ ਦੇ ਨਾਂ ਉੱਤੇ ਰੱਖਿਆ ਗਿਆ। ਇੱਥੇ ਕਾਫੀ ਵੱਡਾ ਗਰਾਊਂਡ ਵੀ ਆ, ਉਹ ਵੀ ਆਪਾਂ ਦੇਖ ਲੈਂਦੇ ਹਾਂ। ਇਹ ਸਕੂਲ ਪੂਰਾ ਨਾਂ ਲਿਖਿਆ ਹੋਇਆ ਉਹਦਾ, ਅਤੇ ਚਲੋ ਅੱਗੇ ਦੇਖਦੇ ਹਾਂ ਉਹਦਾ ਗਰਾਊਂਡ। ਆਹ ਸਾਹਮਣੇ ਸਾਰਾ ਗਰਾਊਂਡ ਆ ਬਹੁਤ ਵੱਡਾ ਇੱਧਰ।